ਕਿਸੇ ਨਗਰ ਦੇ ਵਿੱਚ ਇੱਕ ਦਾਦਾ ਅਤੇ ਇੱਕ ਪੋਤਾ ਅਤੇ ਇੱਕ ਉਹਨਾਂ ਦੀ ਮਾਂ ਰਿਹਾ ਕਰਦੀ ਸੀ। ਕਹਿੰਦੇ ਉਹ ਪਰਿਵਾਰ ਨਾਲ ਚੋਰੀ ਕਰਕੇ ਅਤੇ ਆਪਣਾ ਗੁਜ਼ਾਰਾ ਕਰਿਆ ਕਰਦਾ ਸੀ। ਕਹਿੰਦੇ ਉਹਦੀ ਮਾਂ ਨੇ ਕਿਹਾ ਕਰਨਾ ਵੀ ਆਪਾਂ ਇਹਨੂੰ ਵੀ ਦੱਸ ਦਈਏ ਵੀ ਆਪਣਾ ਕੀਤਾ ਕੀ ਕਿ ਕੱਲ੍ਹ ਨੂੰ ਇਹਨੂੰ ਵੀ ਸੌਖ ਹੋ ਜਾਏਗੀ। ਦਾਦੇ ਨੇ ਕਿਹਾ ਕਰਨਾ ਨਹੀਂ, ਜਦੋਂ ਸਮਾਂ ਆਵੇਗਾ ਆਪੇ ਦੱਸ ਦਿੱਤਾ ਜਾਵੇਗਾ, ਹਜੇ ਇਸ ਨੂੰ ਕੁਝ ਨਹੀਂ ਦੱਸਣਾ। ਕਹਿੰਦੇ ਕੁਝ ਸਮਾਂ ਲੰਘਿਆ ਅਤੇ ਉਹਦੇ ਜਿਹੜਾ ਦਾਦਾ ਸੀ, ਕਹਿੰਦੇ ਉਹਨੇ ਮੰਜੀ ਫੜ ਲਈ। ਕਹਿੰਦੇ ਮੰਜੀ ਐਸੀ ਫੜੀ ਕਿ ਮੰਜੀ ਦੇ ਨਾਲ ਲੱਗ ਕੇ ਹੀ ਰਹਿ ਗਿਆ। ਕਹਿੰਦੇ ਜਦੋਂ ਉਹਨੂੰ ਲੱਗਾ ਵੀ ਮੇਰੇ ਅੰਤਿਮ ਸਵਾਸ ਹੀ ਰਹਿ ਗਏ ਨੇ, ਉਹਨੇ ਕਿਹਾ ਵੀ ਉਸਨੂੰ ਬੁਲਾ ਕੇ ਲੈ ਕੇ ਆਉਂਦਾ ਜਾਵੇ। ਉਹਨੇ ਕਿਹਾ ਪੁੱਤਰ ਆਪਾਂ ਸਾਰਾ ਪਰਿਵਾਰ ਨਾਲ ਚੋਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਾਂ, ਪਰ ਜਿਹੜੀ ਆਪਣੇ ਘਰ ਦੇ ਬਾਹਰ ਇਹ ਚਾਹ ਦੀ ਦੁਕਾਨ ਹੈ, ਇਹ ਲੋਕ ਦਿਖਾਵੇ ਲਈਏ ਵੀ ਆਪਾਂ ਚਾਹ ਦਾ ਕੰਮ ਕਰਦੇ ਹਾਂ। ਉਹਨੇ ਕਿਹਾ ਵੀ ਆਪਾਂ ਅਸਲ ਵਿੱਚ ਚੋਰੀ ਕਰਕੇ ਅਤੇ ਆਪਣਾ ਢਿੱਡ ਭਰਦੇ ਹਾਂ, ਮੈਂ ਵੀ ਤੇਰਾ ਪਿਓ ਵੀ ਅਤੇ ਤੇਰੇ ਬਾਕੀ ਜਿੰਨੇ ਵੀ ਆਪਣੇ ਪੁਰਖੇ ਸਨ ਸਾਰੇ ਚੋਰੀ ਕਰਿਆ ਕਰਦੇ ਸਨ। ਉਹਨੇ ਕਿਹਾ ਚੋਰੀ ਕਰਕੇ ਇਹਦੀ ਮੈਂ ਤੈਨੂੰ ਦੋ ਗੱਲਾਂ ਦੱਸਣ ਲੱਗਾ, ਉਹ ਗੱਲਾਂ ਹਮੇਸ਼ਾ ਯਾਦ ਰੱਖੀ। ਉਹਨਾਂ ਕਿਹਾ ਜੀ ਦੱਸੋ। ਕਹਿੰਦੇ ਪਹਿਲੀ ਗੱਲ ਜੋ ਤੂੰ ਹਮੇਸ਼ਾ ਯਾਦ ਰੱਖਣੀ ਹੈ ਵੀ ਜਿੱਥੇ ਕਥਾ ਕੀਰਤਨ ਹੋਣ ਦਿਆ ਹੋਵੇ ਨਾ ਉੱਥੋਂ ਹਮੇਸ਼ਾ ਦੂਰ ਰਹਿਣਾ, ਅਤੇ ਦੂਜੀ ਗੱਲ ਜਿਹੜੇ ਦੇਵਤੇ ਹੁੰਦੇ ਨੇ ਇਹਨਾਂ ਦੀਆਂ ਇਹਨਾਂ ਦਾ ਨਾ ਪਰਛਾਵਾਂ ਨਹੀਂ ਹੁੰਦਾ। ਕਹਿੰਦਾ ਜੀ ਠੀਕ ਹੈ। ਇਹ ਦੋ ਗੱਲਾਂ ਕਹੀਆਂ ਅਤੇ ਨਾਲ ਦੀ ਨਾਲ ਹੀ ਉਹਦੇ ਸਵਾਸ ਨਿਕਲ ਗਏ। ਹੁਣ ਨਾ ਅਗਲੇ ਦਿਨ ਮਾਂ ਨੂੰ ਕਹਿੰਦਾ ਮਾਂ ਵੀ ਮੈਂ ਚੋਰੀ ਕਰਨ ਜਾਣਾ। ਉਹਦੀ ਮਾਂ ਕਹਿੰਦੀ ਵੀ ਤੈਨੂੰ ਤਾਂ ਪਤਾ ਹੀ ਨਹੀਂ। ਕਹਿੰਦਾ ਮਾਂ ਇਹ ਤਾਂ ਮੇਰੇ ਖੂਨ 'ਚ ਹੀ ਰਚੀ ਪਈ ਹੈ। ਮਾਂ ਕੋਲੋਂ ਆਗਿਆ ਲੈ ਕੇ ਤਾਂ ਚਲਾ ਗਿਆ, ਹੁਣ ਚੋਰੀ ਚਕਾਰੀ ਕਰਕੇ ਲੈ ਆ। ਮਾਂ ਬੜੀ ਖੁਸ਼ ਵੀ ਇਹ ਤਾਂ ਸਾਡੇ ਨਾਲ ਵੀ ਵੱਧ ਤੇਜ਼ ਆ ਚੋਰੀ ਕਰਨ ਦੇ ਵਿੱਚ। ਉਹਨਾਂ ਦਿਨ ਦੇ ਵਿੱਚ ਇੱਕ ਦੋ ਘੰਟਾ ਜਿਹੜੇ ਸੀ ਉਹ ਦੁਕਾਨ ਖੋਲ੍ਹ ਲਿਆ ਕਰਨੀ ਚਾਹ ਦੀ, ਅਤੇ ਬਾਕੀ ਸਮਾਂ ਆਪਣੀ ਜ਼ਿੰਦਗੀ ਨੂੰ ਆਰਾਮ ਦੇ ਨਾਲ ਬਤੀਤ ਕਰਿਆ ਕਰਨਾ। ਕਹਿੰਦੇ ਇਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਬੜੀ ਖੁਸ਼ਹਾਲ ਲੰਘਦੀ ਪਈ ਸੀ। ਇੱਕ ਦਿਨ ਉਹ ਮੁੰਡੇ ਨੇ ਕੀ ਕੀਤਾ ਵੀ ਚੋਰੀ ਕਰਨ ਲਈ ਜਦੋਂ ਜਾਂਦਾ ਹੈ ਤਾਂ ਉਹ ਰਾਜੇ ਦੇ ਮਹਿਲ ਦੇ ਵਿੱਚ ਚੋਰੀ ਕਰਨ ਲਈ ਚਲਾ ਜਾਂਦਾ ਹੈ। ਮਨ ਦੇ ਵਿੱਚ ਸੋਚਦਾ ਹੈ ਵੀ ਰੋਜ਼ ਨਿੱਕੀਆਂ ਨਿੱਕੀਆਂ ਚੋਰੀਆਂ ਕਰਕੇ ਅਤੇ ਕਿੰਨਾ ਕੁ ਚਿਰ ਚੱਲੇਗਾ, ਇੱਕ ਵਾਰੀ ਵੱਡਾ ਹੱਥ ਮਾਰ ਲੈਂਦਾ ਵਾਂ ਅਤੇ ਰੋਜ਼ ਰੋਜ਼ ਵਾਲਾ ਇਹ ਕੰਮ ਹੀ ਨਿਬੜ ਜਾਏਗਾ। ਉਹਨਾਂ ਕਿਹਾ ਜੀ ਠੀਕ ਹੈ। ਹੁਣ ਨਾ ਉਹ ਅਗਲੇ ਦਿਨ ਚੋਰੀ ਕਰਨ ਲਈ ਅਤੇ ਹੁਣ ਰਾਜੇ ਦੇ ਮਹਿਲ ਚਲਾ ਜਾਂਦਾ। ਹੁਣ ਚੋਰੀ ਕਰਨ 'ਚ ਇੰਨਾ ਨਿਪੁੰਨ ਸੀ ਵੀ ਕਿਸੇ ਨਾ ਤਰ੍ਹਾਂ ਉਹ ਰਾਜੇ ਦੇ ਖਜ਼ਾਨੇ ਤੱਕ ਪਹੁੰਚ ਗਿਆ। ਰਾਜੇ ਦੇ ਜਦੋਂ ਖਜ਼ਾਨੇ ਤੱਕ ਪਹੁੰਚਿਆ, ਕਹਿੰਦੇ ਉੱਥੇ ਉਹਨੇ ਨਾ ਬੜਾ ਵੱਡਾ ਹੱਥ ਸਾਫ਼ ਕੀਤਾ। ਉਹਨੇ ਬੜੀਆਂ ਸਾਰੀਆਂ ਚੀਜ਼ਾਂ ਕਹਿੰਦੇ ਚੋਰੀ ਕਰਕੇ, ਅਤੇ ਜਦੋਂ ਕੰਧ ਟੱਪਣ ਲੱਗਾ ਨਾ ਤਾਂ ਕਹਿੰਦੇ ਰਾਜੇ ਦੇ ਵੀ ਜਿਹੜੇ ਦਰਬਾਰੀ ਸਨ ਉਹਨਾਂ ਵੇਖ ਲਏ। ਕਹਿੰਦੇ ਉਹ ਸਾਰੇ ਜਣੇ ਨਾ ਉਹਦੇ ਪਿੱਛੇ ਲੱਗ ਗਏ। ਕਹਿੰਦੇ ਹੁਣ ਭੱਜਦਾ ਭੱਜਦਾ ਨਾ ਉਸ ਥਾਂ 'ਤੇ ਪਹੁੰਚ ਗਿਆ ਵੀ ਹੁਣ ਨਾ ਅੱਗੇ ਕਥਾ ਕੀਰਤਨ ਹੋਣ ਦਿਆ ਸੀ। ਕਹਿੰਦੇ ਹੁਣ ਜੇਕਰ ਉਹ ਪਿੱਛੇ ਮੁੜ ਕੇ ਦੇਖਦਾ ਤਾਂ ਕਹਿੰਦੇ ਪਿੱਛੇ ਦਰਬਾਰੀ ਲੱਗੇ ਪਏ ਸਨ, ਅਤੇ ਜੇ ਅਗਾਂ ਉਹ ਜਾ ਕੇ ਉਹ ਅਗਾਂ ਨਾ ਟੱਪਦਾ ਤਾਂ ਦਰਬਾਰੀਆਂ ਨੇ ਫੜ ਲੈਣਾ ਸੀ। ਕਹਿੰਦੇ ਹੁਣ ਉਹਨਾਂ ਕੀ ਕੀਤਾ ਵੀ ਉਹ ਕੰਧ ਟੱਪ ਕੇ ਨਾ ਅਤੇ ਉਹ ਉਸ ਸਾਈਡ ਚਲਾ ਗਿਆ ਜਿੱਥੇ ਕਥਾ ਕੀਰਤਨ ਹੋਣ ਦਿਆ ਸੀ। ਕਹਿੰਦੇ ਜਦੋਂ ਕਥਾ ਕੀਰਤਨ ਹੋਣ ਦਿਆ ਸੀ ਨਾ ਤਾਂ ਮਨ 'ਚ ਇੱਕੋ ਦਮ ਯਾਦ ਆ ਗਿਆ ਵੀ ਮੇਰੇ ਦਾਦਾ ਜੀ ਨੇ ਕਿਹਾ ਸੀ ਵੀ ਜਿੱਥੇ ਕਥਾ ਕੀਰਤਨ ਹੁੰਦਾ ਹੋਵੇ ਉੱਥੋਂ ਤਾਂ ਦੂਰ ਰਹਿਣਾ, ਅਤੇ ਮੈਂ ਟੱਪ ਕੇ ਇੱਧਰ ਆ ਗਿਆ, ਪਰ ਜੇ ਨਾ ਵੀ ਟੱਪਦਾ ਨਾ ਤਾਂ ਮੇਰੀ ਜਾਨ ਚਲੀ ਜਾਣੀ ਸੀ, ਉਹਨਾਂ ਫੜ ਲੈਣਾ ਸੀ। ਹੁਣ ਉਹ ਕਹਿੰਦਾ ਵੀ ਐਵੇਂ ਕਰਦਾ ਕੰਨਾਂ ਦੇ ਵਿੱਚ ਉਂਗਲਾਂ ਦੇ ਲੈਂਦਾ ਵਾਂ ਤਾਂ ਕਿ ਇਹਨਾਂ ਦਾ ਕੋਈ ਵੀ ਸ਼ਬਦ ਮੇਰੇ ਕੰਨਾਂ ਦੇ ਵਿੱਚ ਨਾ ਪਵੇ, ਫਿਰ ਤਾਂ ਕੋਈ ਦਿੱਕਤ ਹੀ ਨਹੀਂ। ਹੁਣ ਨਾ ਝੋਲੀ ਜਿਹੜੀ ਸੀ ਉਹ ਮਗਰ 'ਚ ਪਾ ਲਈ ਅਤੇ ਆਪ ਕੰਨਾਂ 'ਚ ਉਂਗਲਾਂ ਪਾ ਕੇ ਅਤੇ ਤੁਰਨ ਲੱਗਾ। ਹੁਣ ਕੰਧ ਜਿਹੜੀ ਟੱਪ ਕੇ ਚੋਰ ਆਇਆ ਸੀ ਬੜੀ ਵੱਡੀ ਸੀ, ਦਰਬਾਰੀਆਂ ਤੋਂ ਟੱਪੀ ਨਾ ਗਈ, ਉਹ ਖਾਲੀ ਹੱਥ ਵਾਪਸ ਚਲੇ ਗਏ। ਪਰ ਉਹਨਾਂ ਦੇ ਮਨ 'ਚ ਬੜਾ ਮਲਾਲ ਸੀ ਵੀ ਇੰਨੀ ਵੱਡੀ ਚੋਰੀ ਇਹ ਇਕੱਲਾ ਬੰਦਾ ਸਾਨੂੰ ਸਾਰਿਆਂ ਨੂੰ ਧੋਖਾ ਦੇ ਕੇ ਕਿਵੇਂ ਜਾ ਸਕਦਾ। ਕਹਿੰਦੇ ਹੁਣ ਨਾ ਇਹ ਆਪਣੇ ਕੰਨਾਂ 'ਚ ਉਂਗਲੀਆਂ ਪਾ ਕੇ ਅਤੇ ਉੱਥੋਂ ਲੰਘਣ ਦਿਆ ਸੀ। ਕਹਿੰਦੇ ਇੰਨੇ ਨੂੰ ਨਾ ਵੀ ਜਿਹੜਾ ਜਦੋਂ ਕੰਨਾਂ 'ਚ ਉਂਗਲੀਆਂ ਪਾਈਆਂ ਸਨ ਅਤੇ ਜਦੋਂ ਲੰਘਣ ਦਿਆ ਸੀ, ਉਸ ਤੋਂ ਬਾਅਦ ਕੀ ਹੈ ਵੀ ਉਹਦੇ ਪੈਰ 'ਚ ਨਾ ਇੱਕ ਸੂਲ ਵੱਜ ਜਾਂਦੀ ਹੈ। ਉਹ ਸੂਲ ਇੰਨੀ ਤਿੱਖੀ ਸੀ ਵੀ ਉਹਦੀ ਚੱਪਲਾਂ 'ਚੋਂ ਆਰ ਪਾਰ ਹੋ ਜਾਂਦੀ, ਉਹ ਪੈਰ 'ਤੇ ਲੱਗੀ। ਜਦੋਂ ਇੱਕੋ ਦਮ ਪੈਰ 'ਤੇ ਲੱਗੀ ਅਤੇ ਦੁੱਖ ਹੋਇਆ ਨਾ ਤਾਂ ਉਹਨੇ ਇੱਕੋ ਦਮ ਮੂੰਹ 'ਚੋਂ ਆਵਾਜ਼ ਆਈ। ਕਹਿੰਦੇ ਜਦੋਂ ਇੱਕੋ ਦਮ ਮੂੰਹ 'ਚੋਂ ਆਵਾਜ਼ ਆਈ ਨਾ ਅਤੇ ਕੰਨਾਂ 'ਚੋਂ ਉਂਗਲੀਆਂ ਨਿਕਲ ਗਈਆਂ ਉਹ ਦਰਦ ਦੇ ਕਾਰਨ। ਕਹਿੰਦੇ ਇੱਕੋ ਦਮ ਉਸ ਸਮੇਂ ਉਹ ਸੰਤ ਫਕੀਰ ਵੀ ਇਹੀ ਬੋਲਦੇ ਪਏ ਸਨ ਵੀ ਜਿਹੜੇ ਦੇਵੀ ਦੇਵਤੇ ਹੁੰਦੇ ਨੇ ਨਾ ਇਹਨਾਂ ਦਾ ਪਰਛਾਵਾਂ ਨਹੀਂ ਹੁੰਦਾ। ਕਹਿੰਦੇ ਵੀ ਉਹਨੂੰ ਨਾ ਉਹ ਕਹਿੰਦਾ ਇਹ ਕਿੱਡੀ ਕੁ ਗੱਲ ਹੈ, ਇਹ ਗੱਲ ਤਾਂ ਮੇਰੇ ਦਾਦਾ ਜੀ ਮੈਨੇ ਵੀ ਦੱਸੀ ਸੀ। ਅੱਗੋਂ ਕਹਿੰਦੇ ਵੀ ਸਮਾਂ ਆਉਣ 'ਤੇ ਨਾ ਵੀ ਕਦੇ ਵੀ ਤੁਸੀਂ ਝੂਠ ਨਾ ਬੋਲੋ। ਕਹਿੰਦੇ ਵੀ ਉਹ ਐਵੇਂ ਦੀਆਂ ਪੰਕਤੀਆਂ ਦੁਹਰਾਏ ਜਾਣਦੇ ਸਨ। ਕਹਿੰਦੇ ਉਹਨੇ ਕੀ ਕੀਤਾ ਵੀ ਛੇਤੀ ਨਾਲ ਕੰਨਾਂ ਦੇ ਵਿੱਚ ਫਿਰ ਉਂਗਲ ਪਾਈ ਅਤੇ ਉੱਥੋਂ ਚੱਲਦਾ ਬਣਿਆ।
ਘਰ ਜਾ ਕੇ ਮਾਂ ਨੂੰ ਸਾਰਾ ਖਜ਼ਾਨਾ ਦਿੱਤਾ। ਮਾਂ ਬੜੀ ਖੁਸ਼ ਹੋਈ ਵੀ ਤੇ ਬੜਾ ਕੁਝ ਲੈ ਕੇ ਆ ਗਿਆ। ਕਹਿੰਦੇ ਹੁਣ ਨਾ ਉਹਨਾਂ ਕੁਝ ਦਿਨ ਕੋਈ ਕੰਮ ਨਾ ਕੀਤਾ ਵੀ ਚੋਰੀ ਨਾ ਕੀਤੀ, ਉਵੇਂ ਘੰਟਾ ਦੁਕਾਨ ਖੋਲ੍ਹਿਆ ਕਰਨੀ ਅਤੇ ਕਹਿੰਦੇ ਬੰਦ ਕਰ ਦਿਆ ਕਰਨੀ। ਪਰ ਉਹਨਾਂ ਦਾ ਮੁਹੱਲੇ ਦੇ ਵਿੱਚ ਘਰ ਸਭ ਤੋਂ ਸੋਹਣਾ ਸੀ। ਕਹਿੰਦੇ ਘਰ ਵੀ ਸੋਹਣਾ ਉਹਨਾਂ ਦਾ ਬਣਿਆ ਹੋਇਆ ਸੀ, ਕਹਿੰਦੇ ਰਹਿਣਾ ਸਹਿਣਾ ਵੀ ਸੋਹਣਾ ਸੀ ਅਤੇ ਖਾਣ ਪੀਣ ਵੀ ਸੋਹਣਾ ਸੀ। ਕਹਿੰਦੇ ਰਾਜੇ ਨੂੰ ਜਦੋਂ ਸਵੇਰ ਹੋਈ ਪਤਾ ਲੱਗਾ ਵੀ ਚੋਰੀ ਹੋ ਗਈ। ਰਾਜਾ ਬੜਾ ਪਰੇਸ਼ਾਨ ਵੀ ਇੰਨਾ ਸਖ਼ਤ ਪਹਿਰੇ ਦੇ ਬਾਵਜੂਦ ਕੋਈ ਚੋਰੀ ਕਰਕੇ ਲੈ ਕੇ ਕਿਵੇਂ ਜਾ ਸਕਦਾ। ਰਾਜੇ ਨੇ ਐਲਾਨ ਕੀਤਾ ਵੀ ਨਗਰ ਦੇ ਚਾਰੇ ਪਾਸੇ ਘੁੰਮੋ, ਤੁਸੀਂ ਵੇਖੋ ਵੀ ਕਿਹੜਾ ਕੀ ਕੰਮ ਕਰਦਾ, ਕਿੱਥੇ ਆਉਂਦਾ, ਕਿੱਥੇ ਜਾਂਦਾ। ਕਹਿੰਦੇ ਦਰਬਾਰੀ ਕੱਪੜੇ ਬਦਲ ਕੇ ਅਤੇ ਸਾਰੇ ਨਗਰ 'ਚ ਘੁੰਮਣ ਲੱਗੇ। ਉਹਨਾਂ ਕਿਹਾ ਵੀ ਸਾਰੇ ਜਣੇ ਦਿਨ ਦੇ ਚੜ੍ਹਾਉਣਾ, ਕੋਈ ਕੰਮ 'ਤੇ ਚਲਾ ਜਾਂਦਾ, ਕੋਈ ਕੰਮ ਘਰ ਕੰਮ ਕਰਦਾ, ਕੋਈ ਕੁਝ। ਪਰ ਨਗਰ 'ਚ ਨਾ ਇੱਕ ਘਰ ਹੈ, ਚਾਹ ਦੀ ਦੁਕਾਨ ਹੈ, ਇੱਕ ਘੰਟਾ ਦੁਕਾਨ ਖੋਲ੍ਹਦੇ ਨੇ। ਪਰ ਉਹਨਾਂ ਦਾ ਰਹਿਣਾ ਸਹਿਣਾ ਅਤੇ ਉਹਨਾਂ ਦੀ ਜਿਹੜੀ ਤਰੀਕੇ ਨੇ ਨਾ, ਉਹ ਬੜੇ ਜ਼ਿਆਦਾ ਵਧੀਆ ਨੇ। ਫਿਰ ਉਹ ਕਿੱਥੋਂ ਪੂਰੀ ਕਰਦੇ ਹੋਣਗੇ। ਰਾਜਾ ਕਹਿੰਦਾ ਵੀ ਛੇਤੀ ਨਾਲ ਮੁੰਡੇ ਨੂੰ ਫੜ ਕੇ ਅਤੇ ਲੈ ਆਓ। ਮੁੰਡੇ ਨੂੰ ਫੜ ਕੇ ਅਤੇ ਲੈ ਆਉਂਦਿਆ ਕਿਹਾ। ਰਾਜਾ ਕਹਿੰਦਾ ਵੀ ਤੂੰ ਚੋਰੀ ਕਰਦਿਆ। ਉਹਦੇ ਦਾਦੇ ਨੇ ਕਿਹਾ ਸੀ ਵੀ ਜੇ ਫੜੇ ਜਾਓ ਤਾਂ ਮੁੱਕਰ ਜਾਓ, ਕਦੀ ਸੱਚ ਬੋਲੋ ਨਾ, ਸੱਚ ਨਾ ਬੋਲੋ। ਕਹਿੰਦੇ ਉੱਧਰੋਂ ਉਹ ਫਕੀਰ ਨੇ ਕਿਹਾ ਸੀ ਵੀ ਸੱਚ ਬੋਲੋ। ਕਹਿੰਦੇ ਨਹੀਂ, ਮੇਰੇ ਦਾਦੇ ਦੀ ਗੱਲ ਸੱਚ ਆ। ਉਹ ਕਹਿੰਦਾ ਜੀ ਨਹੀਂ ਨਹੀਂ ਵੀ ਮੈਂ ਤਾਂ ਕੋਈ ਚੋਰੀ ਨਹੀਂ ਕੀਤੀ। ਰਾਜੇ ਨੇ ਬੜਾ ਮਨਵਾਇਆ ਪਰ ਉਹਨੇ ਇੱਕ ਵਾਰ ਨਾ ਮੰਨਿਆ। ਕਹਿੰਦੇ ਘਰ ਦੀ ਤਲਾਸ਼ੀ ਵੀ ਹੋਈ ਪਰ ਫਿਰ ਵੀ ਉੱਥੋਂ ਸਮਾਨ ਨਾ ਲੱਭਿਆ। ਕਹਿੰਦੇ ਉਹਨੂੰ ਬੜਾ ਕਹੀ ਜਾਣ ਵੀ ਰਾਜਾ ਕਹਿੰਦਾ ਦੱਸ ਤੂੰ ਚੋਰੀ ਕੀਤੀ। ਉਹ ਕਹੇ ਜੀ ਮੈਂ ਚੋਰੀ ਨਹੀਂ ਕੀਤੀ। ਰਾਜੇ ਨੇ ਹਾਰ ਕੇ ਜੇਲ੍ਹ 'ਚ ਪਾ ਦਿੱਤਾ। ਰਾਜਾ ਕਹਿੰਦਾ ਵੀ ਚੋਰੀ ਤਾਂ ਇੰਨੀ ਕੀਤੀ ਹੈ ਪਰ ਕਿਵੇਂ ਮੰਨੇ। ਰਾਜੇ ਨੇ ਬੜੀਆਂ ਤਰਕੀਬਾਂ ਲਾਈਆਂ। ਉਸ ਨਗਰ 'ਚ ਨਾ ਇੱਕ ਕਹਿੰਦੇ ਵੀ ਬੀਬੀ ਰਿਹਾ ਕਰਦੀ ਸੀ, ਉਹ ਹਰ ਇੱਕ ਦੇ ਮੂੰਹੋਂ ਸੱਚ ਉਗਲਵਾ ਦਿੰਦੀ ਸੀ। ਰਾਜੇ ਨੇ ਨਾ ਉਹਨੂੰ ਬੁਲਾਇਆ, ਉਹਨੂੰ ਕਿਹਾ ਵੀ ਜੇ ਤੂੰ ਇਹਦੇ ਮੂੰਹੋਂ ਸੱਚ ਉਗਲਵਾਤਾ ਨਾ ਤਾਂ ਮੈਂ ਤੈਨੂੰ ਮੂੰਹ ਮੰਗਿਆ ਨਾਮ ਦੇਵਾਂਗਾ। ਕਹਿੰਦੀ ਠੀਕ ਹੈ। ਉਹ ਕਹਿੰਦੀ ਵੀ ਤੁਸੀਂ ਐਵੇਂ ਕਰਿਓ, ਜਦੋਂ ਰਾਤ ਹੋਏਗੀ ਨਾ ਉਦੋਂ ਤੁਸੀਂ ਜਿਹੜਾ ਬੂਹਾ ਉਹਨੂੰ ਜੰਦਰਾ ਤਾਂ ਮਾਰਿਓ ਪਰ ਖੁੱਲ੍ਹਾ ਰਹਿਣ ਦਿਆ ਜੇ, ਮੈਂ ਜਿਵੇਂ ਹੱਥ ਲਾਵਾਂ ਵੀ ਮੇਰੇ ਕਹਿਣ 'ਤੇ ਖੁੱਲ੍ਹਿਆ। ਉਹਨੇ ਕੀ ਕੀਤਾ ਵੀ ਇੱਕ ਮਾਇਆ ਦੀ ਦੇਵੀ ਦਾ ਰੂਪ ਬਣਾ ਲਿਆ। ਮਾਇਆ ਦੀ ਦੇਵੀ ਦਾ ਰੂਪ ਬਣਾ ਕੇ ਜਿਵੇਂ ਸ਼ਾਮ ਹੋਈ ਅਤੇ ਦਰਬਾਰੀ ਜਿਹੜੇ ਉਹਨਾਂ ਨੂੰ ਕਿਹਾ ਵੀ ਮੈਂ ਆਵਾਂ ਅਤੇ ਸੋ ਜਿਓ। ਜਿਵੇਂ ਉਹ ਆਈ ਅਤੇ ਉਹ ਸੋ ਗਏ। ਹੁਣ ਉਹਨੇ ਬੂਹੇ ਨੂੰ ਜਿਵੇਂ ਹੱਥ ਮਾਰਿਆ ਅਤੇ ਉਹ ਜਿੰਦਰਾ ਟੁੱਟ ਗਿਆ। ਉਹਨੂੰ ਲੱਗਾ ਵੀ ਇਹ ਤਾਂ ਸੱਚੀ ਦੇਵੀ ਆ ਗਈ ਹੈ। ਉਹਨੇ ਨਾ ਹੁਣ ਅੰਦਰ ਜਿਵੇਂ ਜਿਵੇਂ ਪੈਰ ਰੱਖੀ ਜਾਵੇ ਨਾਲ ਨਾਲ ਪੁੱਛੀ ਜਾਵੇ, ਪੁੱਤ ਤੂੰ ਚੋਰੀ ਕਿਉਂ ਕੀਤੀ, ਪੁੱਤ ਤੂੰ ਦੱਸ ਤੂੰ ਚੋਰੀ ਕੀਤੀ ਹੈ। ਉਹ ਬਾਰ ਬਾਰ ਮੂੰਹੋਂ ਬੋਲੀ ਜਾਵੇ। ਉਹਦਾ ਜਿਹੜਾ ਉਹ ਜਿਹਨੇ ਚੋਰੀ ਕੀਤੀ ਸੀ ਉਹ ਮੂੰਹੋਂ ਬੋਲਣ ਹੀ ਲੱਗਾ ਵੀ ਹਾਂ ਮਾਂ ਵੀ ਮੈਂ ਚੋਰੀ ਕੀਤੀ ਹੈ, ਤੇਰੇ ਤੋਂ ਕੀ ਲੁਕਿਆ। ਇੰਨੇ ਨੂੰ ਉਹਦੀ ਨਿਗਾਹ ਉਹਦੇ ਪਰਛਾਵੇਂ 'ਤੇ ਪੈਂਦੀ ਹੈ। ਉਹਦਾ ਜਿਹੜਾ ਪਰਛਾਵਾਂ ਹੁੰਦਾ ਨਾ ਅਤੇ ਉਹ ਦੇਖ ਕੇ ਉਹਨੂੰ ਯਾਦ ਆ ਜਾਂਦਾ ਵੀ ਮੇਰੇ ਦਾਦੇ ਨੇ ਵੀ ਕਿਹਾ ਸੀ ਵੀ ਜਿਹੜੇ ਇਹ ਦੇਵੀ ਦੇਵਤੇ ਹੁੰਦੇ ਨੇ ਇਹਨਾਂ ਦੀ ਪਰਛਾਵਾਂ ਨਹੀਂ ਹੁੰਦਾ। ਅਤੇ ਉਹਨੇ ਮੈਂ ਸੰਤ ਫਕੀਰ ਦੇ ਉੱਥੇ ਮੂੰਹੋਂ ਵੀ ਸੁਣਿਆ ਸੀ ਵੀ ਇਹਨਾਂ ਦਾ ਜਿਹੜਾ ਵੀ ਪਰਛਾਵਾਂ ਨਹੀਂ ਹੁੰਦਾ। ਇੱਕੋ ਦਮ ਕਹਿੰਦਾ ਮਾਂ ਵੀ ਤੈਨੂੰ ਤਾਂ ਪਤਾ ਹੀ ਹੈ ਵੀ ਤੂੰ ਤਾਂ ਜਾਣੀ ਜਾਣੇ ਵੀ ਮੈਂ ਚੋਰੀ ਨਹੀਂ ਕੀਤੀ। ਜੇ ਮੈਂ ਚੋਰੀ ਕੀਤੀ ਹੁੰਦੀ ਤਾਂ ਮੈਂ ਤੈਨੂੰ ਤਾਂ ਦੱਸ ਹੀ ਦੇਣਾ ਸੀ, ਮੈਂ ਕੋਈ ਚੋਰੀ ਨਹੀਂ ਕੀਤੀ। ਉਹ ਬਾਰ ਬਾਰ ਪੁੱਛੇ ਤੂੰ ਚੋਰੀ ਕੀਤੀ, ਇਹ ਕਹਿੰਦਾ ਨਾ ਮੈਂ ਚੋਰੀ ਨਹੀਂ ਕੀਤੀ ਹੈਗੀ। ਕਹਿੰਦੇ ਉਹ ਅਗਲੀ ਸਵੇਰ ਹੋਈ ਰਾਜੇ ਦੇ ਕੋਲ ਪਹੁੰਚੀ। ਕਹਿੰਦੀ ਰਾਜਾ ਇੰਨੇ ਚੋਰੀ ਨਹੀਂ ਉਹ ਕੀਤੀ, ਚੋਰੀ ਕਿਸੇ ਹੋਰ ਕੀਤੀ ਉਹਨੂੰ ਫੜ। ਰਾਜੇ ਨੇ ਅਗਲੇ ਦਿਨ ਹੀ ਉਹਨੂੰ ਉੱਥੋਂ ਆਜ਼ਾਦ ਕਰਤਾ। ਘਰ ਗਿਆ, ਘਰ ਜਾ ਕੇ ਕਹਿੰਦਾ ਮਾਂ ਵੀ ਦਾਦੇ ਨੇ ਵੀ ਕਿਤੋਂ ਸੰਗਤ 'ਚ ਵੀ ਗੱਲਾਂ ਸੁਣੀਆਂ ਸਨ ਅਤੇ ਮੈਂ ਨਾ ਉਸ ਦਿਨ ਚੋਰੀ ਕਰਦੇ ਸਮੇਂ ਜਾਂਦਿਆਂ ਸੰਗਤ ਦੇ ਵਿੱਚ ਗਿਆ ਅਤੇ ਸੰਗਤ 'ਚ ਜਦੋਂ ਮੈਂ ਗਿਆ ਤਾਂ ਪੈਰ 'ਚ ਕੰਢਾ ਵੱਜਾ ਅਤੇ ਮੈਂ ਕੰਨਾਂ 'ਚ ਉਂਗਲਾਂ ਪਾਈਆਂ ਸਨ। ਉਹ ਦਰਦ ਨੇ ਮੇਰੀ ਕੰਨਾਂ 'ਚ ਉਂਗਲਾਂ ਕਢਾ ਦਿੱਤੀਆਂ ਅਤੇ ਉਹ ਸੰਗਤ 'ਚ ਬੈਠਿਆਂ ਇੱਕ ਗੱਲ ਸੁਣਨ ਦੇ ਨਾਲ ਮੇਰੀ ਜਾਨ ਬਚ ਗਈ ਹੈ। ਅਤੇ ਜੇ ਰੋਜ਼ ਮੈਂ ਸੰਗਤ 'ਚ ਜਾ ਕੇ ਬੈਠਾਂ ਅਤੇ ਪਰਮਾਤਮਾ ਦੀ ਗੱਲ ਸੁਣਾਂ ਅਤੇ ਜ਼ਿੰਦਗੀ 'ਚ ਅਮਲ ਕਰਾਂ ਤਾਂ ਮੇਰੀ ਜ਼ਿੰਦਗੀ ਤਾਂ ਸਵਰਗ ਬਣ ਜਾਏਗੀ। ਉਹਦੀ ਮਾਂ ਨੇ ਕਿਹਾ ਹਾਂ ਪੁੱਤ ਇਹ ਤਾਂ ਗੱਲ ਹੈ। ਕਹਿੰਦਾ ਫਿਰ ਮਾਂ ਅੱਜ ਤੋਂ ਮੈਂ ਚੋਰੀ ਨਹੀਂ ਕਰਨੀ ਅਤੇ ਨਾ ਹੀ ਤੂੰ ਕਰਨੀ ਹੈ। ਆਪਾਂ ਦੋਵੇਂ ਜਣੇ ਸਵੇਰ ਵੇਲੇ ਉਹ ਸੰਗਤ 'ਚ ਜਾ ਕੇ ਬੈਠਾ ਕਰਾਂਗੇ, ਕਥਾ ਕੀਰਤਨ ਸੁਣਾਂਗੇ, ਉਹਨੂੰ ਜ਼ਿੰਦਗੀ ਦੇ ਵਿੱਚ ਅਮਲ ਕਰਾਂਗੇ ਅਤੇ ਆਪਣੀ ਦਸਾਂ ਨੂੰਹਾਂ ਦੀ ਕਿਰਤ ਕਰਕੇ ਆਪਾਂ ਕਮਾਵਾਂਗੇ। ਕਹਿੰਦੇ ਇਸ ਤਰ੍ਹਾਂ ਉਹ ਸੰਗਤ ਵਿੱਚ ਬੈਠੀ ਇੱਕ ਗੱਲ ਨੇ ਉਹਦੇ ਜਿਹੜੇ ਪ੍ਰਾਣ ਵੀ ਬਚਾ ਤੇ ਅਤੇ ਉਹਨੂੰ ਮਾੜੇ ਕੰਮ ਤੋਂ ਪਾਸੇ ਕਰ ਦਿੱਤਾ। ਇਸ ਲਈ ਕਿਹਾ ਜਾਂਦਾ ਵੀ ਸੰਗਤ 'ਚ ਬੈਠ ਕੇ ਜੋ ਨਾਮ ਜਪਦਾ ਨਾ ਉਹਦਾ ਲੋਕ ਅਤੇ ਪਰਲੋਕ ਦੋਵੇਂ ਸੁਖਾਲੇ ਹੋ ਜਾਂਦੇ ਨੇ। ਹੋਰ ਅਤੇ ਹੋਰ ਉਹਨਾਂ ਦੇ ਮਨ ਦੇ ਵਿੱਚ ਕੋਈ ਮਾੜਾ ਵਿਚਾਰ ਨਹੀਂ ਆਉਂਦਾ, ਉਹ ਦੀਨ ਦੁਨੀਆ ਦੇ ਮਾੜੇ ਕੰਮਾਂ ਤੋਂ ਬਚਿਆ ਰਹਿੰਦਾ।
ਅਤੇ ਆਪੇ ਫਿਰ ਪਰਮਾਤਮਾ ਮਨ 'ਚ ਐਸੀ ਬਖਸ਼ ਪਾਉਂਦਾ ਕਿ ਗਰੀਬੀ ਦਲਿੱਦਰ ਵੀ ਉਹਦੇ ਘਰ ਤੋਂ ਕੂਹਾਂ ਦੂਰ ਹੋ ਜਾਂਦਾ। ਇਸ ਲਈ ਸੰਗਤ ਜੀ, ਸੰਗਤ ਵਿੱਚ ਜਾ ਕੇ ਜ਼ਰੂਰ ਬੈਠਿਆ ਕਰੋ। ਸੰਗਤ ਵਿੱਚ ਬੈਠ ਕੇ ਨਾਮ ਜਪਣ ਦਾ ਫਲ ਜਿੰਨਾ ਹੈ ਨਾ, ਉਹ ਤੁਹਾਡੇ ਤਮਾਮ ਪਾਪ ਦੁੱਖ ਸਭ ਦੂਰ ਕਰ ਦੇਗਾ ਅਤੇ ਜ਼ਿੰਦਗੀ ਦੇ ਵਿੱਚ ਐਸਾ ਗਿਆਨ ਦਾ ਚਾਨਣ ਕਰੇਗਾ ਵੀ ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ।